ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਬਟਾਲਾ। ਦੋਸਤੋ, ਜਦੋਂ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਿਹਾ ਸੀ ਕਿ ਮੈਂ ਜਲਦੀ ਤੋਂ ਜਲਦੀ ਨਸ਼ੇ ਖਤਮ ਕਰਾਂਗਾ। ਲੇਕਿਨ ਅੱਜ ਵੀ ਉਹ ਨਸ਼ੇ ਜਿਹੜੇ ਨੇ ਬਰਕਰਾਰ ਨੇ। ਹਾਲਾਂਕਿ ਸਰਕਾਰ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਆਪਣੇ ਹਿਸਾਬ ਦੇ ਨਾਲ, ਲੇਕਿਨ ਨਸ਼ਿਆਂ ਦੀ ਇੰਨੀ ਜੜ ਫੈਲ ਚੁੱਕੀ ਹੈ ਕਿ ਉਹਨਾਂ ਨੂੰ ਅਜੇ ਲੱਭਣਾ, ਉਹਨਾਂ ਨੂੰ ਕੱਟਣਾ ਅਜੇ ਬਹੁਤ ਮੁਸ਼ਕਲ ਹੋ ਰਿਹਾ ਹੈ। ਇਹਨਾਂ ਨਸ਼ਿਆਂ ਕਰਕੇ ਹਰ ਰੋਜ਼ ਏਵਨ ਪੰਜਾਬੀ ਚੈਨਲ ਕੋਲੋਂ ਅਜਿਹੀਆਂ ਦੁੱਖਦਾਈ ਖਬਰਾਂ ਆਉਂਦੀਆਂ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਜਾਂ ਪੜ੍ਹ ਕੇ ਜਾਂ ਸੁਣ ਕੇ ਇੰਝ ਲੱਗਦਾ ਕਿ ਨਸ਼ਾ ਅਜੇ ਵੀ ਨੌਜਵਾਨਾਂ ਨੂੰ ਘੁਣ ਵਾਂਗ ਲੱਗਾ ਹੋਇਆ ਹੈ। ਬਟਾਲੇ ਤੋਂ ਜਿਸ ਖਬਰ ਦੇ ਨਾਲ ਮੈਂ ਆਪ ਸਭ ਨੂੰ ਰੂਬਰੂ ਕਰਵਾਉਣ ਜਾ ਰਿਹਾ, ਦਰਅਸਲ ਨਸ਼ੇ ਦੀ ਓਵਰਡੋਜ਼ ਕਰਕੇ ਪਿਛਲੇ 20 ਦਿਨਾਂ ਦੇ ਵਿੱਚ 3 ਮੌਤਾਂ ਹੋ ਚੁੱਕੀਆਂ ਨੇ। ਪਿਛਲੇ 20 ਦਿਨਾਂ ਦੇ ਵਿੱਚ 3 ਮੌਤਾਂ ਹੋ ਚੁੱਕੀਆਂ ਨੇ। ਕੀ ਹੈ ਪੂਰੀ ਖਬਰ ਜਾਣਨ ਵਾਸਤੇ ਚੱਲਦੇ ਹਾਂ ਬਟਾਲੇ, ਜਿੱਥੋਂ ਸੁਖਦੇਵ ਰੰਧਾਵਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਰੰਧਾਵਾ ਸਾਹਿਬ, ਇਸ ਖਬਰ ਨੂੰ ਲੈ ਕੇ ਹੋਰ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ, ਮੈਂ ਦੱਸਣਾ ਚਾਹੁੰਦਾ ਕਿ ਬਹੁਤ ਹੀ ਇੱਕ ਦੁੱਖਦਾਈ ਤੇ ਇੱਕ ਮਨ ਨੂੰ ਟੁੰਬਣ ਵਾਲੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ 20 ਦਿਨਾਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਤੀਸਰੀ ਮੌਤ ਹੋ ਜਾਣਾ ਇੱਕ ਸਰਕਾਰ ਤੇ ਸਵਾਲ ਖੜੇ ਕਰਦਾ ਹੈ ਕਿ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ। ਨਸ਼ੇ ਨੂੰ ਗਰਾਉਂਡ ਜ਼ੀਰੋ ਤੋਂ ਲੈ ਕੇ ਜਿਹੜੀ ਉਹ ਖਤਮ ਕਰ ਦਿੱਤਾ ਗਿਆ। ਸਰਾਸਰ ਝੂਠ ਤੇ ਝੂਠ ਜਿਹੜਾ ਵਾ ਸਰਕਾਰ ਮਾਰ ਰਹੀ ਹੈ, ਦਾਅਵੇ ਖੋਖਲੇ ਨਜ਼ਰ ਆ ਰਹੇ ਹੈ। ਜੇ 20 ਦਿਨਾਂ ਦੇ ਵਿੱਚ ਵਿੱਚ ਇੱਕ ਇਲਾਕੇ ਦੇ ਵਿੱਚ 3 ਮੌਤਾਂ ਹੋ ਜਾਣ, ਉਹ ਵੀ ਨੌਜਵਾਨਾਂ ਦੀਆਂ, ਤਾਂ ਅਸੀਂ ਸਵਾਲ ਕਿੱਥੇ ਦਾਗਾਂਗੇ? ਸਰਕਾਰ ਨੂੰ ਕਰਾਂਗੇ? ਜੇ ਸਰਕਾਰ ਹੀ ਸੁੱਤੀ ਆ ਤਾਂ ਇੱਥੇ ਕੌਣ ਜਾਗੇਗਾ? ਪ੍ਰਸ਼ਾਸਨ ਜਾਗੇਗਾ? ਪ੍ਰਸ਼ਾਸਨ ਵੀ ਸੁੱਤਾ ਪਿਆ ਵਾ। ਇਸ ਕਰਕੇ ਸ਼ਾਇਦ ਹੁਣ ਲੋਕਾਂ ਨੂੰ ਆਪ ਜਾਗਰੂਕ ਹੋ ਕੇ ਆਪ ਆਵਾਜ਼ ਜਿਹੜੀ ਆ ਉਠਾਉਣੀ ਪਵੇਗੀ। ਜੀ ਸੋਤਾ ਜੀ। ਲੇਕਿਨ ਰੰਧਾਵਾ ਸਾਹਿਬ, ਇਹ ਨਸ਼ਾ ਜਿਹੜਾ ਓਵਰਡੋਜ਼ ਕਰਕੇ ਇਹ 3 ਜਣਿਆਂ ਦੀ ਮੌਤ ਹੋਈ ਹੈ, ਕਿੰਨੀ ਕੁ ਉਮਰ ਦੱਸੀ ਜਾ ਰਹੀ ਹੈ ਇਹਨਾਂ ਦੀ? ਇਹ ਸਾਰੇ ਜਿਹੜੇ ਆ 20 ਤੋਂ ਲੈ ਕੇ 35 ਸਾਲ ਦੇ ਉਮਰ ਦੇ ਵਿੱਚ ਵਿੱਚ ਜਿਹੜੇ ਇਹ 3 ਨੌਜਵਾਨ ਆ ਜਿਹੜੇ ਮੌਤ ਦੇ ਆਗੋਸ ਵਿੱਚ ਜਿਹੜੇ ਆ ਉਹ ਜਾ ਚੁੱਕੇ ਆ। ਜਿਸ ਤਰ੍ਹਾਂ 25 ਮਈ ਨੂੰ ਪਿੰਡ ਆ ਪੋਜੇ ਚੱਕ ਤੇ 30 ਮਈ ਨੂੰ ਭੂਮੇ ਦੀ ਜਿਹੜੀ ਆ ਇਹ ਸਰਜਮੀ ਤੇ ਜਿਹੜੇ ਇਹ ਨੌਜਵਾਨ ਆ ਇਹ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕੇ ਆ। ਤੇ ਆ ਜਿਹੜਾ ਕੱਲ ਦੇਰ ਸ਼ਾਮ ਨੂੰ ਜਿਹੜਾ ਇੱਕ ਜਿਹੜਾ ਵਾ ਪਿੰਡ ਹੈ ਇਹ ਚੂਣੇ ਗੰਢੇ ਕੇ ਚੂਣੇ ਪਿੰਡ ਹੈ, ਉਹਦੇ ਵਿੱਚ 35 ਸਾਲਾ ਨੌਜਵਾਨ ਜਿਹੜਾ ਵਰਿਆਮ ਸਿੰਘ ਆ ਉਹ ਵੀ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕਾ ਸੀ। ਹਾਂ, ਉਹ ਘਰ ਦੇ ਜਿਹੜਾ ਪਰਿਵਾਰਕ ਮੈਂਬਰ ਆ ਉਹਦਾ ਭਰਾ ਜਿਹੜਾ ਸ਼ਾਮ ਸਿੰਘ ਆ ਉਹ ਸਾਡੇ ਨਾਲ ਜਦੋਂ ਗੱਲ ਕਰ ਰਿਹਾ ਸੀ ਤਾਂ ਬਹੁਤ ਹੀ ਭਾਵੁਕ ਹੋ ਚੁੱਕਾ ਸੀ। ਉਹ ਕਹਿ ਰਿਹਾ ਸੀ ਕਿ ਜਦੋਂ ਇਹ ਵਰਿਆਮ ਸਿੰਘ ਨੂੰ ਇੱਕ ਮੋਟਰਸਾਈਕਲ ਦੇ ਘਰ ਛੱਡ ਕੇ ਗਏ ਆ ਤਾਂ ਉਹ ਉਦੋਂ ਬੇਸੁੱਧ ਹੋਇਆ ਸੀ। ਜਦੋਂ ਉਹਨੂੰ ਘਰ ਵਿੱਚ ਖੜਿਆ ਗਿਆ ਉਹਦਾ ਉਪਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ, ਪਰ ਜਦੋਂ ਉਹ ਉਪਚਾਰ ਨਾ ਚੱਲਦਾ ਹੋਇਆ ਦੇਖ ਕੇ ਉਹਨੇ ਜਦੋਂ ਆਪਣਾ ਮਹਿਤੇ ਇੱਕ ਪ੍ਰਾਈਵੇਟ ਹਸਪਤਾਲ ਆ ਉਹਦੇ ਵਿੱਚ ਲਿਜਾਇਆ ਗਿਆ ਤਾਂ ਜਦੋਂ ਡਾਕਟਰਾਂ ਨੇ ਉੱਥੇ ਉਹਨਾਂ ਨੂੰ ਜਦੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਤਾਂ ਉਸ ਵਿੱਚ ਪਰਿਵਾਰਕ ਅਤੇ ਇਲਾਕੇ ਵਿੱਚ ਸ਼ੋਕ ਸੀ ਤੇ ਜਿਹੜਾ ਪਰਿਵਾਰ ਸੀ ਉਹ ਰੋਰ ਕਰਲਾਉਣ ਦੇ ਵਿੱਚ ਜਿਹੜਾ ਸੀ ਮਸਰੂਫ ਹੋ ਗਿਆ। ਤਾਂ ਸਾਨੂੰ ਕਿਸੇ ਨਾਲ ਗੱਲ ਨਹੀਂ, ਸਿਰਫ ਸ਼ਾਮ ਸਿੰਘ ਨਾਲ ਜਦੋਂ ਗੱਲ ਹੋਈ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜਾ ਇੱਕ ਤਰਲੋਕ ਸਿੰਘ ਬਾਠ ਆ ਉਹਨੇ ਦੱਸਿਆ ਕਿ ਇਹ ਨਸ਼ਿਆਂ ਦਾ ਅੱਗੇ ਵੀ ਆਦੀ ਸੀ ਤੇ ਇੱਕ ਜਿਹੜਾ ਪਰਿਵਾਰ ਇਹ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਸੀ, ਇਹ ਨਸ਼ੇ ਦਾ ਜਿਹੜਾ ਇਹ ਆਦੀ ਹੋਇਆ ਸੀ ਤਾਂ ਇਹ ਅੱਜ ਜਿਹੜਾ ਵਾ ਨਸ਼ੇ ਦੇ ਅੱਜ ਜਿਹੜਾ ਉਹਨੂੰ ਆਪਣੀ ਜਗਤ ਦੇ ਵਿੱਚ ਲੈ ਲਿਆ। ਲੇਕਿਨ ਰੰਧਾਵਾ ਸਾਹਿਬ, ਕੋਈ ਸਰਕਾਰ ਤੋਂ ਮੰਗ ਕੀਤੀ ਨਾ ਪਰਿਵਾਰਾਂ ਨੇ? ਤਿੰਨਾਂ ਹੀ ਪਰਿਵਾਰ ਜਿਨ੍ਹਾਂ ਦੇ ਉੱਜੜ ਗਏ ਕਹਿ ਸਕਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਚਲਾ ਗਿਆ, ਉਹਨਾਂ ਨੇ ਕੀ ਸਰਕਾਰ ਤੋਂ ਮੰਗ ਕੀਤੀ ਹੈ? ਹਾਂ ਵੇਖੋ, ਕਿਸੇ ਦੀ ਮਾਤਾ ਦਾ ਪੁੱਤ ਚਲ ਜਾਂਦਾ, ਕਿਸੇ ਦੀ ਭੈਣ ਦਾ ਭਰਾ ਚਲ ਜਾਂਦਾ, ਕਿਸੇ ਦਾ ਪਤੀ ਦਾ ਸੁਹਾਗ ਉੱਜੜ ਜਾਂਦਾ, ਪਰ ਸਰਕਾਰ ਕਿੱਥੇ ਸੁੱਤੀ ਹੈ? ਕਿਸ ਨੂੰ ਸਵਾਲ ਕਰਨਗੇ? ਬਿਲਕੁਲ, ਸਵਾਲ ਕਿਸ ਨੂੰ ਕਰਨਗੇ? ਜਦੋਂ ਸਰਕਾਰ ਸੁੱਤੀ ਪਈ ਆ, ਪ੍ਰਸ਼ਾਸਨ ਸੁੱਤਾ ਪਿਆ, ਕਿਸ ਨੂੰ ਸਵਾਲ ਕਰਨਗੇ? ਲੋਕਾਂ ਨੂੰ ਜਾਗਣ ਦੀ ਲੋੜ ਹੈ ਕਿ ਜਿਹੜੇ ਨੌਜਵਾਨ ਆ ਸਾਡੀ ਪੀੜ੍ਹੀ ਆ, ਜੇ ਸਾਡਾ ਜਿਹੜਾ ਭਵਿੱਖ ਹੈ ਉਹ ਹੀ ਮੌਤ ਦੇ ਅਗੋਸ਼ ਵਿੱਚ ਜਾ ਰਿਹਾ ਤੇ ਅਸੀਂ ਸਵਾਲ ਕਿਸ ਨੂੰ ਕਰਾਂਗੇ? ਸਵਾਲ ਫਿਰ ਬਾਰ ਬਾਰ ਇਹੀ ਗੱਲ ਕਹਿ ਹੋ ਰਹੀ ਹੈ ਕਿ ਸਾਨੂੰ ਸੋਸ਼ਲ ਮੀਡੀਆ ਜਿਹੜੇ ਆਪਣੇ ਸੋਸ਼ਲ ਵਰਕਰ ਆ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵਾ ਇਹਨਾਂ ਨੂੰ ਹੁਣ ਅੱਗੇ ਹੋ ਕੇ ਜਿਹੜਾ ਇਹ ਕੰਮ ਹੈ ਜਿਹੜਾ ਇਹ ਬੀੜਾ ਚੁੱਕਣਾ ਪਵੇ।
ਬਿਲਕੁਲ ਰੰਧਾਵਾ ਸਾਹਿਬ, ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਲਾਸਟ ਵਿੱਚ ਕਿ ਨੌਜਵਾਨ ਪੀੜ੍ਹੀ ਨੂੰ ਹੀ ਇਕੱਠੇ ਹੋਣਾ ਪਏਗਾ, ਸਾਨੂੰ ਆਪਸ ਹੀ ਆਪਣਾ ਜਿਹੜਾ ਸਾਡਾ ਭਾਈਚਾਰਾ ਇਸੇ ਨੂੰ ਬਰਕਰਾਰ ਰੱਖਣਾ ਪਏਗਾ। ਸਰਕਾਰਾਂ ਕੋਲ ਆਪਾਂ ਕੀ ਆਸ ਰੱਖ ਸਕਦੇ ਹਾਂ, ਕਿਉਂਕਿ ਸਰਕਾਰਾਂ ਤਾਂ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇਸ ਸਮੇਂ ਖੁਦ ਉਲਝੀ ਹੋਈ ਹੈ, ਆਪਣੀਆਂ ਹੀ ਕੁਰਸੀਆਂ ਬਚਾਉਣ ਵਿੱਚ ਉਲਝੀ ਹੋਈ ਹੈ, ਆਵਾਮ ਦੇ ਭਲੇ ਦਾ ਉਹਨਾਂ ਨੂੰ ਕੋਈ ਵੀ ਫਿਕਰ ਨਹੀਂ ਹੈ। ਅਤੇ ਦੋਸਤੋ, ਸਾਡੇ ਨਾਲ ਸੋਸ਼ਲ ਵਰਕਰ ਜਗਜੀਤ ਸਿੰਘ ਜੀ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਸੰਸਥਾ ਹੈ ਉਹ ਕੀ ਕੰਮ ਕਰ ਰਹੀ ਹੈ। ਜਗਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ ਵੀ। ਜੀ ਸਰ, ਬਤੌਰ ਸੋਸ਼ਲ ਵਰਕਰ ਤੁਸੀਂ ਕਿਸ ਤਰ੍ਹਾਂ ਦਾ ਸੋਸ਼ਲ ਵਰਕ ਕਰ ਰਹੇ ਹੋ, ਕਿਸ ਤਰ੍ਹਾਂ ਦੀ ਸਮਾਜ ਦੀ ਭਲਾਈ ਦੇ ਕੰਮ ਕਰ ਰਹੇ ਹੋ? ਜੀ ਸਰ, ਨਸ਼ੇ ਦੇ ਸਰ ਬਹੁਤ ਮਾੜੀ ਹਾਲਤ ਹੈ ਜੀ ਸਾਡੇ ਇਲਾਕੇ 'ਚ ਜੀ, ਬਹੁਤ ਜ਼ਿਆਦਾ ਨਸ਼ਾ ਹੋ ਰਿਹਾ ਜੀ, ਉਹ ਬੰਦ ਕਰਨ ਦੇ ਚੱਕਰ 'ਚ ਜੀ। ਸਰਕਾਰ ਤੋਂ ਬਹੁਤ ਉਮੀਦਾਂ ਸੀ ਪਰ ਸਰਕਾਰ ਉਹਨਾਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਜੀ। ਜੀ, ਸਾਡੇ ਦੇ ਇੱਥੇ ਇਲਾਕੇ ਦੇ ਲਾਗੇ ਦੇ ਇੰਨਾ ਨਸ਼ੇ ਦਾ ਹੜ੍ਹ ਵਗ ਚੁੱਕਿਆ ਵੀ ਬਹੁਤ ਮਾੜੀ ਹਾਲਤ ਹੈ। ਨਸ਼ਾ ਸਾਰੇ ਆਮ ਦੁਕਾਨਾਂ, ਕਰਿਆਨੇ ਵਾਲੀਆਂ ਦੁਕਾਨਾਂ ਨਸ਼ਾ ਵਿਕ ਰਿਹਾ ਜੀ। ਬਿਲਕੁਲ ਜੀ, ਕਰਿਆਨੇ ਵਾਲੀਆਂ ਦੁਕਾਨਾਂ ਤੋਂ ਨਸ਼ਾ ਮਿਲਦਾ। ਲੇਕਿਨ ਜਗਜੀਤ ਸਿੰਘ ਜੀ, ਤੁਹਾਡੀ ਸੰਸਥਾ ਦਾ ਕੀ ਨਾਮ ਹੈ, ਕਿੰਨੇ ਵਰਕਰ ਨੇ ਤੁਹਾਡੀ ਸੰਸਥਾ ਦੇ ਵਿੱਚ? ਜੀ, ਵਰਕਰ ਦੇ ਆਪਾਂ ਸਰ ਜੀ ਤਿਆਰੀ ਕਰ ਰਹੇ ਹਾਂ, ਆਪਣੀ ਸੰਸਥਾ 5-4 ਹੀ ਹੈ ਜੀ। ਜੀ ਹਾਂਜੀ, ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਜਾ ਕੇ? ਬਿਲਕੁਲ ਬਿਲਕੁਲ ਸਰ, ਜਿਹੜੇ ਨਸ਼ਾ ਲਾ ਕੇ ਵੇਚਦੇ ਆ ਉਹਨਾਂ ਨੂੰ ਬੰਦ ਕਰਵਾ ਰਹੇ ਹਾਂ, ਜਿਸ ਤਰ੍ਹਾਂ ਵੀ ਆਪਾਂ ਜੋ ਵੀ ਆਪਣੀ ਲੈਵਲ ਤੇ ਕਰ ਸਕਦੇ ਹਾਂ ਜ਼ਰੂਰ ਕਰ ਦਿੰਦੇ। ਕੀ ਪੁਲਿਸ ਵਿਭਾਗ ਵੱਲੋਂ ਕੋਈ ਸਹਿਯੋਗ ਮਿਲਦਾ? ਜੀ ਨਹੀਂ ਸਰ, ਕੋਈ ਸਹਿਯੋਗ ਨਹੀਂ ਮਿਲਦਾ ਜੀ, ਕਿ ਲੋੜ ਪਵੇ ਵੀ ਪੁਲਿਸ ਆਪਣਾ ਪ੍ਰਸ਼ਾਸਨ ਦੀ ਤੇ ਨਹੀਂ ਕੋਈ ਮਦਦ ਕਰਦੇ ਸਰ। ਕਾਰਨ ਕੀ ਹੈ ਜਗਜੀਤ ਜੀ, ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ? ਤੁਸੀਂ ਤਾਂ ਬਹੁਤ ਵੱਡਾ ਕਦਮ ਚੱਕ ਰਹੇ ਹੋ। ਸਰ, ਸਰਕਾਰ ਵੱਲੋਂ ਬਹੁਤ ਮਾੜਾ ਹਾਲ ਹੈ, ਜਿਹੜਾ ਉਹਨਾਂ ਨੂੰ ਖੁਦ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਰਹੇ ਸਰ। ਜੀ ਹਾਂਜੀ, ਔਰ ਜਦੋਂ ਫਿਰ ਤੁਸੀਂ ਨਸ਼ਿਆਂ ਨੂੰ ਖਤਮ ਕਰਨ ਦੀ ਉਹਨਾਂ ਲੋਕਾਂ ਤੱਕ ਪਹੁੰਚ ਕਰਦੇ ਹੋ ਵੀ ਤੁਹਾਨੂੰ ਨਸ਼ੇ ਨਹੀਂ ਵੇਚਣੇ ਚਾਹੀਦੇ, ਔਰ ਫਿਰ ਤੁਹਾਡੀ ਮਤਲਬ ਆਸ ਵਿੱਚ ਗੁਫ਼ਤਗੂ ਵੀ ਹੁੰਦੀ ਹੋਊਗੀ, ਕਈ ਵਾਰੀ ਇੱਕ ਦੂਜੇ ਨੂੰ ਮਤਲਬ ਕੁਰੱਤਣ ਭੜੇ ਸ਼ਬਦ ਵੀ ਇਸਤੇਮਾਲ ਕਰਦੇ ਹੋਵੋਗੇ? ਜੀ 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 ਬਿਲਕੁਲ ਸਰ, ਬਹੁਤ ਜ਼ਿਆਦਾ ਜਿਹੜੇ ਨਸ਼ੇ ਗਲਤਾਨ ਹੋਏ ਆ ਸਰ, ਮਾੜਾ ਵੀ ਆਉਂਦੇ ਆ ਜੀ ਇਹ ਕੰਮ ਜੀ, ਪਰ ਅਸੀਂ ਆਪਣਾ ਕੰਮ ਸਰ ਜੀ ਕਰੀ ਜਾਣਾ ਹੈ ਜੋ ਵੀ ਚਲੋ ਦੁਨੀਆ ਦੀ ਆਖੀ ਜਾਵੇ। ਸੋ ਜਗਜੀਤ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਬਟਾਲੇ ਤੋਂ ਸਾਡੇ ਨਾਲ ਜੁੜੇ ਹੋ। ਰੰਧਾਵਾ ਸਾਹਿਬ, ਤੁਹਾਡੀ ਵੀ ਬਹੁਤ ਬਹੁਤ ਮਿਹਰਬਾਨੀ, ਔਰ ਜਿਨ੍ਹਾਂ ਪਰਿਵਾਰਾਂ ਦਾ ਮਤਲਬ ਚਿਰਾਗ ਬੁੱਝ ਜਾਂਦਾ ਤੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੁੰਦਾ, ਲੇਕਿਨ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਇਸ ਪੂਰੇ ਮੁੱਦੇ ਤੇ, ਤੁਸੀਂ ਖੁਦ ਸੁਣ ਸਕਦੇ ਹੋ। ਬਲਵਿੰਦਰ ਸਿੰਘ, ਹਾਂਜੀ ਦੱਸੋ ਕੀ ਹੈ? ਤੇ ਸਾਡੀ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ, ਗੱਲ ਨਹੀਂ ਬਾਰ ਨਹੀਂ, ਤੇ ਉਹ ਸਾਨੂੰ ਸੱਕੀ ਤੌਰ ਤੇ ਅਸੀਂ ਕਰਦੇ ਹਾਂ ਵੀ ਉਹਦਾ ਕਸੂਰ ਹੋਊ, ਪਰ ਉਹਦਾ ਕਸੂਰ ਨਹੀਂ ਕੋਈ ਵੀ। ਤੇ ਚਲੋ, ਤੁਹਾਡੇ ਮੁੰਡੇ ਦਾ ਨਾਂ ਕੀ? ਵਰਿਆਮ ਸਿੰਘ। ਅੱਛਾ ਜੀ, ਤੇ ਘਰ ਛੱਡ ਕੇ ਗਿਆ ਕੋਈ? ਹਾਂਜੀ। ਤੇ ਘਰ ਆਣ ਕੇ ਵੀ ਮੌਤ ਹੋਈ ਉਹਦੀ? ਹਾਂਜੀ, ਘਰੇ ਮੌਤ ਹੋਈ। ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਨਸ਼ਾ ਕੀਤਾ ਇਹ? ਹਾਂਜੀ, ਉਹ ਨਸ਼ਾ ਕੀਤਾ ਹੈ ਕੋਈ? ਇਹ ਹੋ ਜੀ ਨਸ਼ਾ ਕੀਤਾ ਹੋ ਸਕਦਾ, ਪਹਿਲਾਂ ਵੀ ਕਰਦਾ ਸੀ? ਕਰਦਾ ਸੀ। ਅੱਛਾ, ਹਾਂਜੀ। ਤੇ ਕਿੰਨਾ ਕੁ ਚਿਰ ਬਾਅਦ 'ਚ ਮੌਤ ਹੋਈ ਹੈ? ਉਹ ਜਦੋਂ ਛੱਡ ਗਏ ਉਦੋਂ ਹੋ ਗਈ। ਕਿੰਨਾ ਕੁ ਚਿਰ ਬਾਅਦ 'ਚ? ਉਸ ਵੇਲੇ ਹੀ ਨਹੀਂ, ਉਹਨੂੰ ਲੈ ਗਏ ਗੱਡੀ ਪਾ ਕੇ ਲੈ ਗਏ। ਅੱਛਾ, ਕਿੱਥੇ ਖੜਿਆ? ਅਸੀਂ ਮਹਿਤਾ ਸਾਹਿਬ ਖੜਿਆ ਇੱਥੇ ਫਾੜਿਆ ਜੋ ਬਿਲਕੁਲ ਸਿੰਘ ਮਾਰ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ। ਅੱਜ ਸਾਡੇ ਪਿੰਡ ਚੋਣੇ ਦਾ ਇੱਕ ਨੌਜਵਾਨ ਵਰਿਆਮ ਸਿੰਘ, ਜੋ ਕਿ ਥੋੜ੍ਹੇ ਚਿਰ ਤੋਂ ਨਸ਼ੇ ਦਾ ਆਦੀ ਸੀ, ਅੱਜ ਉਹ ਨਸ਼ੇ ਦੇ ਭੇਟ ਚੜ੍ਹ ਗਿਆ ਅਤੇ ਆਪਣੀ ਜ਼ਿੰਦਗੀ 'ਤੇ ਹੱਥੋਂ ਹੱਥ ਹੋ ਬੈਠਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ 3-4 ਵਾਰ ਇਸ ਮੁੱਦੇ 'ਤੇ ਪੁਲਿਸ ਨੂੰ, ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਨਸ਼ਿਆਂ ਦਾ ਜ਼ੋਰ ਹੈ ਪਿੰਡਾਂ 'ਚ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂ ਦੀ ਖਾਸ ਤੌਰ 'ਤੇ ਕਾਂਗਰਸ ਸਰਕਾਰ ਆਈ ਹੈ, ਭਾਵੇਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ ਨਸ਼ਾ 4 ਹਫ਼ਤੇ ਸੰਬੰਧ ਬੰਦ ਕਰ ਦੇਣਾ, ਪਰ ਉਹ 2-3 ਹੋ ਕੇ ਵਧ ਗਿਆ। ਅੱਜ ਮੈਂ ਇਹ ਗੱਲ ਕਹਿ ਸਕਦਾ ਕਿ ਅੱਜ ਪਿੰਡਾਂ ਦੀਆਂ ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ, ਉਹਨਾਂ ਤੋਂ ਨਸ਼ਾ ਵਿਕ ਰਿਹਾ ਹੈ। ਅੱਜ ਪੰਜਾਬ ਦੇ ਨੌਜਵਾਨ ਆ, ਜਿਹੜਾ ਪੰਜਾਬ ਦਾ ਨੌਜਵਾਨ ਆ, ਰੋੜੇ ਪੈ ਗਿਆ, ਅੱਜ ਬਚਾਉਣ ਦੀ ਲੋੜ ਹੈ। ਅਤੇ ਪੁਲਿਸ ਸਿਰਫ ਇਹ ਕੰਮ ਕਰ ਰਹੀ ਹੈ ਕਿ ਜੇ ਕਿਤੇ ਨੌਜਵਾਨ ਕੋਈ ਮਰ ਜਾਂਦਾ ਹੈ, ਕੋਈ 174 ਦੀ ਕਾਰਵਾਈ ਕਰਕੇ ਆਪਣੇ ਸਿਰੋਂ ਬੜਾ ਲਾਭ ਹੁੰਦੀ ਹੈ, ਉਹਦੀ ਕੋਈ ਵੀ ਤਹਿ ਤੱਕ ਜਾਣ ਦੀ ਲੋੜ ਨਹੀਂ ਮਹਿਸੂਸ ਕਰਦਾ ਕਿ ਨਸ਼ਾ ਕਿੱਥੋਂ ਆ ਰਿਹਾ, ਕੌਣ ਲਿਆ ਰਿਹਾ, ਕੌਣ ਵੇਚ ਰਿਹਾ। ਪਰ ਅੱਜ ਦੇ ਹਾਲਾਤ ਨੇ, ਅੱਜ ਇਹਨਾਂ ਨੂੰ ਸਾਂਭਣ ਦੀ ਲੋੜ ਵਾ, ਨਹੀਂ ਤਾਂ ਅੱਜ ਦੇ ਸਾਡੇ ਨੌਜਵਾਨ ਸਾਰੇ ਰੋੜੇ ਪੈ ਗਏ। ਸੋ ਦੋਸਤੋ, ਇਹ ਨਸ਼ੇ ਖਤਮ ਕਰਨ ਦੀ ਜ਼ਰੂਰਤ ਹੈ, ਔਰ ਇਹ ਨਸ਼ੇ ਤਾਂ ਹੀ ਖਤਮ ਹੋਣਗੇ ਜਦੋਂ ਆਪਾਂ ਇੱਕ ਦੂਜੇ ਦਾ ਸਹਿਯੋਗ ਦੇਵਾਂਗੇ, ਇੱਕ ਦੂਜੇ ਨੂੰ ਸਹਿਯੋਗ ਦੇ ਤੌਰ 'ਤੇ ਲਵਾਂਗੇ, ਤਾਂ ਹੀ ਇਹ ਸਾਰਾ ਕੁਝ ਹੋ ਸਕੇਗਾ। ਨਹੀਂ ਤਾਂ ਅਦਰਵਾਈਜ਼ ਹਰ ਰੋਜ਼ ਕਿਤੇ ਨਾ ਕਿਤੇ ਨਸ਼ਿਆਂ ਦੀ ਓਵਰਡੋਜ਼ ਕਰਕੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋਈ ਜਾ ਰਹੇ ਨੇ।
ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀ ਵੀ ਦੇ ਨਾਲ।